रिकॉर्डिंग स्टूडियो लाहौर तो दाता दरबार उनकी तरफो पेश कर रहे हैं हजरत इश्क। इसके लिखण वाले ने मोहम्मद हनीफ साकी साहब हफसाबाद वाले ते जनाब की खिदमत दे विच पेश कर रहे हैं सफर इमरान पीड़ी शाह रहमान वाले दरबारी कवाल। जनाब समाज फरमाओ हजरत इश्क।
ते नैर ना कढ़ावा ते इश्ती नहीं हो इज्जत बेग तो मैं गुजरात अंदर कूड़े ना सटावा ते इश्ती नहीं लंग ना बचावा ते इश्की नहीं लंग ना बचावा ते इश्की नहीं सारे घर चो कई सुहागणा दी खाक ना उड़ावा ते इश्की नहीं शामन सूर ते कुफर दे वाजा तो फतवे ना लो आवा ते इश्की नहीं अपने आप का इस्तेमाल करके जेड़ी शतूला बनाया तेन मैं दसना कितों मिल दिया कुड़िया बहलोल गुलाम को कुड़िया बहलोल गुलाम को जन्नत ना बिकावा ते इश्की नहीं जन्नत ना बिकावा ते इश्की नहीं जिथे मैं अपना आप इस्तेमाल करा उथे की होंगे मुसलमाना दा अली नू सैरिया तो जनाब पैगंबरे खुदा हजरत ईसा अलैहिस्सलाम दुनिया ते
ਲੈਣ ਵਾਲੇ ਨੇ ਜਨਾਬੇ ਮਰੀਮ ਪਾਕ ਦਿਲ ਦੇ ਵਿੱਚ ਖਿਆਲ ਕਰਦੇ ਨੇ ਆਖਦੇ ਨੇ ਕਿ ਮੇਰੇ ਘਰ ਨਬੀ ਦਾ ਉਤਾਰਾ ਹੋਣ ਵਾਲਾ ਏ ਤੇ ਮੈਂ ਖਾਨਾ ਕਾਬਾ ਦੇ ਅੰਦਰ ਦਾਖਲ ਹੋ ਕੇ ਆਪਣਾ ਟਾਈਮ ਪੂਰਾ ਕਰ ਲਵਾਂ ਜਿਸ ਵਕਤ ਸੋਚਦੇ ਨੇ ਤਾਂ ਖਾਨਾ ਕਾਬਾ ਦੇ ਵਿੱਚੋਂ ਆਵਾਜ਼ ਆਈ ਆਖਿਆ ਮਰੀਮ ਇੱਥੋਂ ਬਾਹਰ ਹੋ ਜਾ ਇਹ ਸੱਚਾ ਖਾਨਾ ਨਹੀਂ ਉਧਰ ਮੇਰੇ ਰਜਪਾਲ ਮੌਲਾ ਅਲੀ ਮੁਸ਼ਕਿਲ ਕੁਸ਼ਾ ਅਲੀ ਦੀ ਵਲਾਦਤ ਦਾ ਟਾਈਮ ਜਨਾਬੇ ਫਾਤਿਮਾ ਬਿੰਤੀ ਅਸਦ ਸੋਚਦੇ ਨੇ ਮੇਰੇ ਘਰ ਮਾਮਨ ਦਾ ਉਤਾਰਾ ਹੋਣ ਵਾਲਾ ਏ ਮੈਂ ਖਾਨਾ ਕਾਬਾ ਦੇ ਅੰਦਰ ਦਾਖਲ ਹੋ ਕੇ ਆਪਣਾ ਟਾਈਮ ਪੂਰਾ ਕਰ ਲੈਂਦੀ ਹਾਂ ਜਿਸ ਵਕਤ ਸੋਚਦੇ ਨੇ ਪਏ ਖਾਨਾ ਕਾਬਾ ਦੀ ਦੀਵਾਰ ਫਟ ਗਈ ਖਾਨੇ ਕਾਬਾ ਦੇ ਵਿੱਚ ਆਵਾਜ਼ ਆਇਆ ਆਖਿਆ ਬਿੰਤੀ ਅਸਦ ਜਿੰਨੀ ਦੇਰ ਤੂੰ ਮੇਰੇ ਵਿੱਚ ਦਾਖਲ ਨਾ ਹੋਵੇ ਮੇਰੀ ਇੱਜ਼ਤ ਨਹੀਂ ਹੋ ਸਕਦੀ ਜਿੰਨੀ ਦੇਰ ਤੂੰ ਮੇਰੇ ਵਿੱਚ ਦਾਖਲ ਨਾ ਹੋਵੇ ਮੇਰੀ ਇੱਜ਼ਤ ਨਹੀਂ ਹੋ ਸਕਦੀ ਕਿਉਂ ਇਸ਼ਕ ਨੇ ਤਾਂ ਆਖਿਆ ਮੁਸਲਮਾਨਾਂ ਦਾ ਅਲੀ ਨੂੰ ਸੈਰੀਆਂ ਤੋਂ ਉਹ ਰੱਬ ਨਾ ਸਦਾਵਾਂ ਤੇ ਇਸ਼ਕ ਹੀ ਨਹੀਂ ਮੁਲਾਕਾਤ ਮੈਂ ਰਾਜ ਹਮਰਾਜ ਹੋਵਾਂ ਮੁਲਾਕਾਤ ਮੈਂ ਰਾਜ ਹਮਰਾਜ ਹੋਵਾਂ ਅਗਲਾ ਆਵੇਖ ਮੇਰੇ ਕੰਮ ਕੀ ਨੇ ਮੈਨੂੰ ਉਸ ਖਾਲਕੇ ਕਾਇਨਾਤ ਨੂੰ ਵੀ ਇਸਤੇਮਾਲ ਕਰਨਾ ਪੈ ਗਿਆ ਕਦੋਂ ਖਾਲਕ ਨੂੰ ਕਹਿਣਾ ਪੈ ਗਿਆ ਐ ਮੇਰੇ ਨਬੀ ਜਿੰਨੀ ਦੇਰ ਤੱਕ ਤੂੰ ਮੈਨੂੰ ਆ ਕੇ ਮਿਲੇ ਨਾ ਉਨੀ ਦੇਰ ਤੱਕ ਮੈਨੂੰ ਚੈਨ ਹੀ ਨਹੀਂ ਆਉਂਦਾ ਅੱਛਾ ਮੈਨੂੰ ਤੇ ਮੇਰੇ ਖਾਲਕ ਨੇ ਵੀ ਕਬੂਲ ਕੀਤਾ ਏ ਤੇ ਕਬੂਲ ਇੰਜ ਦਾ ਕੀਤਾ ਏ ਇੰਜ ਦਾ ਕਬੂਲ ਕੀਤਾ ਏ ਅੱਛਾ ਪਿਆਰੇ ਮੁਹੰਮਦ ਜੋੜੇ ਸਨੇਹਾ ਮੀਮ ਸੇ ਪਰਦਾ ਕਿਆ ਪਰਦਾ ਦੇ ਨਾਲ ਮੁਲਾਕਾਤ ਕੀਤੀ ਏ ਤੇ ਇਸ਼ਕ ਆਖਦਾ ਏ ਉਹਦੇ ਵਿੱਚ ਵੀ ਹੱਥ ਮੇਰਾ ਹੀ ਏ ਮੁਲਾਕਾਤ ਮਹਿਰਾਜ ਹਮਰਾਜ ਹੋਵਾ ਓ ਮੁਲਾਕਾਤ ਮਹਿਰਾਜ ਹਮਰਾਜ ਹੋਵਾ ਸਮਝ ਵਿੱਚ ਜੇ ਆਵਾਂ ਤੇ ਇਸ਼ਕ ਹੀ ਨਹੀਂ ਓ ਸਮਝ ਵਿੱਚ ਜੇ ਆਵਾਂ ਤੇ ਇਸ਼ਕ ਹੀ ਨਹੀਂ ਬਦਲੇ ਜਾ ਕੇ ਪੁੱਛਾ ਇਸ ਤੋਂ ਇੱਕ ਬਦਲੇ ਜਾ ਕੇ ਪੁੱਛਾ ਪੀਣਾ ਕਿਹੜਾ
Okay.
खिजर दा खिजर आवे खाना बिछावा ते शकी